ਬੜੇ ਪਿਆਰ ਵਿੱਚ ਆਪ ਜੀ ਸਾਰੇ ਜੁੜ ਕੇ ਬੈਠੋ, ਜਿੰਨੀ ਵੀ ਸੰਗਤ ਬੈਠੀ ਹੈ ਸਾਰਿਆਂ ਦੇ ਚਰਨਾਂ ਵਿੱਚ ਨਮਸਕਾਰ। ਸਭ ਤੋਂ ਪਹਿਲੇ ਆਪ ਜੀ ਵੱਡੇ ਹੋ ਵਿੱਚ ਸੰਗਤ ਹਰਦਾ ਵਸੇ ਜੀਓ, ਜਿੰਨੇ ਵੀ ਆਪ ਜੀ ਬੈਠੇ ਹੋ ਆਪ ਜੀ ਨੂੰ ਸਾਰਿਆਂ ਨੂੰ ਬਤਾਵੇ ਜੋ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਉਹਨਾਂ ਦੀ ਹਰ ਸਾਲ ਯਾਦ ਮਨਾਈ ਜਾਂਦੀ ਹੈ। ਕਿਸੇ ਨੂੰ 2 ਸਾਲ, ਕਿਸੇ ਨੂੰ 5 ਸਾਲ, ਕਿਸੇ ਨੂੰ 10 ਸਾਲ, ਕਿਸੇ ਨੂੰ 15, ਕਿਸੇ ਨੂੰ ਉਸ ਤੋਂ ਵੱਧ ਸਮਾਂ ਹੋ ਗਿਆ ਮਹਾਂਪੁਰਸ਼ਾਂ ਦੀ ਯਾਦ ਮਨਾਉਂਦੇ ਹੋਏ, ਅਤੇ ਹਰ ਸਾਲ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ, ਹਰ ਸਾਲ ਜਪਤਪ, ਹਰ ਸਾਲ ਸਤਸੰਗ, ਹਰ ਸਾਲ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਾਬਾ ਜੀ ਸੇਵਾ ਲੈਂਦੇ ਨੇ। 3-4 ਦਿਨ ਭਾਈ ਗੁਰਦੀਪ ਸਿੰਘ ਜੀ ਰਾਜੇ ਵੀ ਜੀ ਉਹਨਾਂ ਨੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ। 15 ਸਤੰਬਰ ਨੂੰ ਅੰਮ੍ਰਿਤ ਸੰਚਾਰ ਹੈ ਜਿਵੇਂ ਹਰ ਸਾਲ ਹੁੰਦਾ ਵੇ, ਅਤੇ ਰਾਜੇ ਵੀ ਜੀ ਦਾ ਜੋ ਵਿਸ਼ਾ ਹੁੰਦਾ ਉਹ ਮਹਾਂਪੁਰਸ਼ਾਂ ਦਾ ਅਤੇ ਦਾਸ ਗਰੀਬ ਦਾ ਵਿਸ਼ਾ ਅੰਮ੍ਰਿਤ ਯੋਗ ਹੈ। ਲੇਕਿਨ ਮੈਂ ਆਪਣਾ ਵਿਸ਼ਾ ਸ਼ੁਰੂ ਕਰਾਂ, ਉਸ ਤੋਂ ਪਹਿਲੇ ਮੈਂ ਆਪ ਜੀ ਨੂੰ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਬਾਬਾ ਸੁਖਦੇਵ ਸਿੰਘ ਜੀ ਦਾ। ਮੈਂ ਬੈਂਗਲੋਰ ਹੋ ਕੇ ਆਇਆ, ਸੁਮਿਤ ਵੀਰ ਜੀ ਦੀ ਮੰਮੀ ਬੈਠੀ ਨੇ ਇੱਥੇ ਉਹਨਾਂ ਦੇ ਘਰ, ਅਤੇ ਉੱਥੇ ਲਿਟਲ ਵੀਰ ਜੀ ਆਏ ਕੀਰਤਨ ਸੀ ਗੁਰੂ ਦੀ ਕਿਰਪਾ ਦੇ ਨਾਲ, ਬੈਂਗਲੋਰ, ਹੈਦਰਾਬਾਦ, ਹਜ਼ੂਰ ਸਾਹਿਬ, ਬਿਦਰ, ਅਤੇ ਪੂਰਾ ਟੂਰ ਸੀ ਬਾਬਾ ਜੀ ਦੀ ਮੇਲ ਦੇ ਨਾਲ, ਅਤੇ ਅਸੀਂ ਸੁਮਿਤ ਵੀਰ ਜੀ ਦੇ ਘਰ ਬੈਠੇ ਹੋਏ ਸੀ, ਅਤੇ ਉੱਥੇ ਕੁਦਰਤੀ ਗੱਲਾਂ ਵਿੱਚੋਂ ਗੱਲ ਸ਼ੁਰੂ ਹੋ ਗਈ ਮਹਾਂਪੁਰਸ਼ਾਂ ਦੀ ਵਡਿਆਈ ਬਾਬਾ ਸੁਖਦੇਵ ਸਿੰਘ ਦੀ ਕਿੱਥੇ ਕਿੱਥੇ ਫੈਲੀ ਹੈ। ਇਹਨਾਂ ਨੇ ਆਪਣੇ ਘਰ ਮਹਾਂਪੁਰਸ਼ਾਂ ਦਾ ਸਰੂਪ ਲਗਾ ਰੱਖਿਆ, ਬਾਬਾ ਸੁਖਦੇਵ ਸਿੰਘ ਜੀ ਦਾ ਵੀ, ਬਾਬਾ ਦਲੇਰ ਸਿੰਘ ਜੀ ਦਾ ਵੀ ਬੈਂਗਲੋਰ ਵਿੱਚ। ਅਤੇ ਜਦੋਂ ਉੱਥੇ ਆਪਾਂ ਬੈਠੇ ਹੋਏ ਸੀ ਅਤੇ ਲਿਟਲ ਵੀਰ ਜੀ ਦੀ ਚਾਹ ਸੀ, ਸੁਮਿਤ ਵੀਰ ਜੀ ਨੇ ਬੁਲਾਇਆ ਆਪਣੇ ਘਰ, ਕਹਿੰਦੇ ਆਪ ਜੀ ਚਾਹ 'ਤੇ ਆਓ, ਅਤੇ ਅਸੀਂ ਸਾਰੇ ਗਏ। ਜਦੋਂ ਉੱਥੇ ਪਹੁੰਚੇ ਤਾਂ ਕੁਦਰਤੀ ਗੱਲਾਂ ਵਿੱਚੋਂ ਗੱਲ ਸ਼ੁਰੂ ਹੋ ਗਈ ਕਿ ਮਹਾਂਪੁਰਸ਼ਾਂ ਦੀ ਕਮਾਈ ਕਿਤਨੀ ਹੁੰਦੀ ਹੈ। ਫਿਰ ਲਿਟਲ ਵੀਰ ਜੀ ਨੇ ਆਪਣਾ ਬਚਨ ਸੁਣਾਇਆ, ਕਹਿੰਦੇ ਅੱਜ ਤੋਂ ਤਕਰੀਬਨ 7-8 ਸਾਲ ਪਹਿਲੇ ਮੈਂ ਸ਼ਾਹਜਹਾਨਪੁਰ ਕੀਰਤਨ ਕਰਨ ਆਇਆ। ਬੜੇ ਧਿਆਨ ਨਾਲ ਸੁਣਿਓ, ਕਹਿੰਦੇ ਮੈਂ 7-8 ਸਾਲ ਪਹਿਲੇ ਕੀਰਤਨ ਕਰਨ ਆਇਆ ਸ਼ਾਹਜਹਾਨਪੁਰ, ਅਤੇ ਜਦੋਂ ਮੈਂ ਵਾਪਸ ਜਾਣ ਲੱਗਾ ਇਸ ਸਥਾਨ ਤੋਂ ਸ਼ਾਹਜਹਾਨਪੁਰ ਤੋਂ, ਅਤੇ ਮੇਰੀ 3rd AC ਵਿੱਚ ਟਿਕਟਾਂ ਸਨ, ਅਤੇ ਜਦੋਂ ਮੈਂ 3rd AC ਬੈਠਾ ਅੰਮ੍ਰਿਤਸਰ ਜਾ ਰਿਹਾ ਸੀ ਸ਼ਾਹਜਹਾਨਪੁਰ ਤੋਂ, ਅਤੇ ਕੁਦਰਤੀ ਇੱਕ ਪੱਤਰਕਾਰ ਮੇਰੇ ਕੋਲ ਆ ਗਿਆ। ਜੋ ਪੱਤਰਕਾਰ ਹੁੰਦੇ ਨੇ ਅਖਬਾਰ ਦੇ ਵੀ ਹੁੰਦੇ ਨੇ, ਨਿਊਜ਼ ਦੇ ਵੀ ਹੁੰਦੇ ਨੇ, ਜੋ ਟੀ ਵੀ ਚੈਨਲ ਹੁੰਦੇ ਉਹਨਾਂ ਦੇ, ਕਹਿੰਦੇ ਅਖਬਾਰ ਦਾ ਪੱਤਰਕਾਰ ਮੇਰੇ ਕੋਲ ਆ ਗਿਆ, ਹੈਗਾ ਹਿੰਦੂ ਸੀ, ਕਹਿੰਦੇ ਉਹਦੀ ਇਤਨੀ ਭਾਵਨਾ ਮਹਾਂਪੁਰਸ਼ਾਂ ਦੇ ਉੱਪਰ, ਬਾਬਾ ਸੁਖਦੇਵ ਸਿੰਘ ਜੀ ਦੇ ਉੱਪਰ, ਕਹਿੰਦੇ ਮੈਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਬਾਬਾ ਸੁਖਦੇਵ ਸਿੰਘ ਜੀ ਦੀ, ਕਹਿੰਦੇ ਮੈਂ ਸ਼ਾਹਜਹਾਨਪੁਰ ਦਾ ਰਹਿਣ ਵਾਲਾ ਅਤੇ ਮੈਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ। ਕਹਿੰਦੇ ਇੱਕ ਵਾਰੀ ਮੈਂ ਮਹਾਂਪੁਰਸ਼ਾਂ ਦੇ ਨਾਲ ਕਿਸੇ ਜਗ੍ਹਾ ਜਾ ਰਿਹਾ ਸੀ ਅਤੇ ਬੰਡਾ ਦੇ ਲਾਗੇ ਜਿਸ ਗੱਡੀ ਵਿੱਚ ਮਹਾਂਪੁਰਸ਼ ਬੈਠੇ ਸੀ ਉਸ ਗੱਡੀ ਵਿੱਚ ਮੈਂ ਵੀ ਬੈਠਾ ਸੀ। ਇਹ ਬੈਂਗਲੋਰ ਵਿੱਚ ਲਟੀ ਵਿੱਚ ਜਿਹਦਾ ਆਪਣਾ ਬਚਨ ਸੁਣਾਇਆ, ਮਹਾਂਪੁਰਸ਼ਾਂ ਦਾ ਜੋ ਹੱਦ ਬੀਤੀ ਹੈ। ਕਹਿੰਦੇ ਮੈਂ ਟ੍ਰੇਨ ਦੇ ਅੰਦਰ ਹਾਂ, ਪੱਤਰਕਾਰ ਮੈਨੂੰ ਸੁਣਾ ਰਿਹਾ ਕਿ ਬਾਬਾ ਸੁਖਦੇਵ ਸਿੰਘ ਜੀ ਔਰ ਮੈਂ ਇਕੱਠੇ ਬੈਠੇ ਹੋਏ ਹਾਂ, ਉਹ ਪੱਤਰਕਾਰ, ਅਤੇ ਕੁਦਰਤੀ ਗੱਡੀ ਵਿੱਚ ਪੈਟਰੋਲ ਖਤਮ ਹੋ ਗਿਆ। ਸਾਰੇ ਆਪੋ ਵਾਹਿਗੁਰੂ, ਕਹਿੰਦੇ ਗੱਡੀ ਵਿੱਚੋਂ ਪੈਟਰੋਲ ਖਤਮ ਹੋ ਗਿਆ। ਕਹਿੰਦੇ ਹੁਣ ਰਾਤ ਦਾ ਸਮਾਂ ਸੀ, ਹੁਣ ਉਸ ਸਮੇਂ ਨਾ ਤਾਂ ਕੋਈ ਪੈਟਰੋਲ ਪੰਪ, ਨਾ ਹੀ ਕੋਈ ਜ਼ਰੀਆ, ਹੁਣ ਅੱਗੇ ਜਾਈਏ ਤਾਂ ਜਾਈਏ ਕਿਵੇਂ। ਥੋੜ੍ਹੀ ਜਿਹੀ ਦੂਰ ਤਕਰੀਬਨ 20-25 ਫਿੱਟ ਅੱਗੇ ਇੱਕ ਹੈਂਡ ਪੰਪ ਸੀ। ਬਾਬਾ ਸੁਖਦੇਵ ਸਿੰਘ ਜੀ ਕਹਿੰਦੇ ਆਪਣੇ ਮਹਾਂਪੁਰਸ਼ ਕੁਟੀਆ ਸਾਹਿਬ ਵਾਲੇ ਇਤਨੇ ਵੱਡੇ ਨੇ, ਇਤਨੀ ਕਮਾਈਆਂ ਨੇ ਮਹਾਂਪੁਰਸ਼ਾਂ ਦੀਆਂ। ਗੱਲ ਭਾਵਨਾ ਦੀ ਹੈ, ਜਿਹਦੇ ਅੰਦਰ ਭਾਵਨਾ ਵੇ ਉਹਦੇ ਸਾਰਾ ਕੁਛ ਲੈ ਜਾਏਗਾ, ਜਿਹਦੇ ਅੰਦਰ ਭਾਵਨਾ ਨਹੀਂ ਹੈ ਤਾਂ ਭਾਵੇਂ ਆਪਾਂ ਕਿਤਨੀ ਵੀ ਸਤਸੰਗ ਕਰੀਏ ਫਿਰ ਖਾਲੀ ਦੇ ਖਾਲੀ ਰਹਿ ਜਾਵਾਂਗੇ। ਬਾਬਾ ਸੁਖਦੇਵ ਸਿੰਘ ਜੀ ਕਹਿੰਦੇ, ਕਹਿੰਦੇ ਫਿਕਰ ਨਾ ਕਰ। ਉਸ ਪੱਤਰਕਾਰ ਨੂੰ ਕਹਿੰਦੇ ਪੱਤਰਕਾਰ ਆਪਣੀ ਗੱਲ ਲਿਟਲ ਵੀਰ ਜੀ ਨੂੰ ਸੁਣਾ ਰਿਹਾ। ਲਿਟਲ ਵੀਰ ਜੀ ਨੇ ਬੈਂਗਲੋਰ ਵੀ ਸੁਣਾਈ ਉਸ ਘਰ ਦੇ ਅੰਦਰ। ਕਹਿੰਦੇ ਬਾਬਾ ਸੁਖਦੇਵ ਸਿੰਘ ਜੀ ਉਸ ਪੱਤਰਕਾਰ ਨੂੰ ਉਹ ਸਾਹਮਣੇ ਜਾ ਹੈਂਡ ਪੰਪ ਹੈ ਉਹਦੇ ਵਿੱਚੋਂ ਪਾਣੀ ਦੀ ਬੋਤਲ ਭਰ ਕੇ ਲੈ ਕੇ ਆ, ਪਾਣੀ ਦੀ ਬੋਤਲ ਭਰ ਕੇ ਲੈ ਕੇ ਆਏ। ਕਹਿੰਦੇ ਹੁਣ ਗੱਡੀ ਦੇ ਅੰਦਰ ਪਾ ਦੇ, ਸਤਨਾਮ ਵਾਹਿਗੁਰੂ ਬੋਲਦੇ ਬੋਲਦੇ ਗੱਡੀ ਦੇ ਅੰਦਰ ਪਾਈ ਤਾ। ਕਹਿੰਦੇ ਹੁਣ ਕੁਛ ਨਹੀਂ ਕਰਨਾ, ਗੱਡੀ ਸਟਾਰਟ ਕਰ ਅਤੇ ਚਲਾਉਣਾ ਸ਼ੁਰੂ ਕਰ ਦੇ। ਜਦੋਂ ਗੱਡੀ ਸਟਾਰਟ ਕੀਤੀ, ਚਲਾਉਣਾ ਸ਼ੁਰੂ ਕੀਤਾ ਤਾਂ ਬੰਡੇ ਤੋਂ ਕਹਿੰਦੇ ਅਸੀਂ ਸ਼ਾਹਜਹਾਨਪੁਰ ਤੱਕ ਆਉਂਦੇ, ਪੈਟਰੋਲ ਜੋ ਮੁੱਕ ਚੁੱਕਿਆ ਸੀ ਬੰਡੇ ਦੇ ਕੋਲ, ਪੈਟਰੋਲ ਨਹੀਂ ਸੀ, ਪਾਣੀ ਪਾਇਆ ਭਰ ਕੇ, ਉਸ ਪਾਣੀ ਨੇ ਪੈਟਰੋਲ ਦਾ ਕੰਮ ਕਰ ਦਿੱਤਾ। ਸਾਰੇ ਆਖੋ ਵਾਹਿਗੁਰੂ, ਇਹ ਕਮਾਈਆਂ ਨੇ ਔਰ ਸੱਚ ਹੈ, ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ, ਇਹ ਸਭ ਭਾਵਨਾ ਦੇ ਉੱਪਰ ਹੈਗੀ ਹੈ। ਅਸੀਂ ਭਾਵਨਾ ਰੱਖਾਂਗੇ ਅਤੇ ਫਿਰ ਬਾਬਾ ਜੀ ਜ਼ਹਿਰ ਨੂੰ ਵੀ ਆਪਣਾ ਪ੍ਰਸ਼ਾਦ ਬਣਾ ਸਕਦੇ ਨੇ, ਅਗਰ ਭਾਵਨਾ ਨਹੀਂ ਤਾਂ ਪ੍ਰਸ਼ਾਦ ਵੀ ਜ਼ਹਿਰ ਬਣ ਜਾਂਦਾ ਹੈ। ਬਾਬਾ ਸੁਖਦੇਵ ਸਿੰਘ ਜੀ ਇਤਨੇ ਵੱਡੇ ਨੇ।